ਕਲ ਕਰਦੇ ਆ ਭਾਰਤ ਪਾਕਿਸਤਾਨ ਦੀ ਸਰਹੱਦ ਦੀ ਖਬਰ ਆਈ ਹੈ ਕਿ ਭਾਰਤ ਦੀ ਵਾਹਵਾ ਜਮੀਨ ਹੈ ਜਿਹੜੀ ਪਰਲੇ ਪਾਸੇ ਚਲੇਗੀ ਤਾਰ ਤੋਂ ਪਰਲੇ ਪਾਸੇ ਤੇ ਭਗਵੰਤ ਸਿੰਘ ਮਾਨਹੋਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ ਉਹਨਾਂ ਨੇ ਕਿਹਾ ਕਿ ਕੰਡਿਆਲੀ ਤਾਰ ਜਿਹੜੀ ਹੈ ਥੋੜੀ ਜਿਹੀ ਖਸਕਾ ਦਿਓ ਸਵਾਲ ਮੇਰਾ ਹੀ ਸਭ ਤੁਹਾਨੂੰ ਇਹ ਹੈ ਕਿ ਕੀ ਇਹ ਸੰਭਵ ਹੈ ਜਮੀਨ ਕਿੰਨੀ ਕ ਹੈ ਤੇ ਕਿੰਨੀ ਕ ਤਾਰ ਖਸਕਾਉਣ ਲਈ ਕਹਿ ਰਹੇ ਨੇ ਦੇਖੋ ਜਦੋਂ ਪੰਜਾਬ ਵਿੱਚ ਹਾਲਾਤ ਖਰਾਬ ਸਨ ਤੇ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਜੋ ਸਰਹੱਦ ਹੈ ਕਟੋਕੜ ਪੰਜਾਬ ਦਾ ਕੁਝ ਏਰੀਆ ਤੇ ਕੁਝ ਹੋਰ ਆਸ-ਪਾਸੇ ਦੇ ਰਾਜਸਥਾਨ ਜਾਂ ਕਸ਼ਮੀਰ ਦਾ ਇਹਨੂੰ ਕਵਰ ਕਰਕੇ ਜਿਹੜਾ ਪਾਕਿਸਤਾਨ ਵਾਲੇ ਪਾਸਿਓ ਇਹਨੂੰ ਬਲੌਕ ਕਰ ਦਿੱਤਾ ਜਾਂਦਾ ਜੀ ਬਾਰਡਰ ਲਾਈਨ ਜਿਹੜੀ ਹੈ ਲਾਈਨ ਆਫ ਕੰਟਰੋਲ ਜਾਂ ਲੋਏਸੀ ਜਾਂ ਐਲੋਸੀ ਜੋ ਵੀ ਹੈ ਉਸ ਤੋਂ ਕਾਫੀ ਪਿੱਛੇ ਆਪਣੇ ਵੱਲੋਂ ਭਾਰਤ ਵਾਲੇ ਪਾਸੇ ਇਹ ਹਟ ਕੇ ਤਾਰ ਲਾ ਦਿੱਤੀ ਗਈ ਹੁਣ ਸਮੱਸਿਆ ਇਹ ਹੈ ਲਾਈਨ ਤੇ ਲਾਈਨ ਹੁੰਦੀ ਹੈ ਚਾਹੀ ਉਸਦੀ ਵਿਡਥ ਹੋਵੇ ਕੋਈ 5 10 ਫੁੱਟ 15 ਫੁੱਟ 20 ਫੁੱਟ ਜਿੰਨੀ ਵੀ ਹੋਵੇ ਉਹ ਹੋਵੇਗੀ ਪਰ ਉਸ ਦਿਨਾਂ ਵਾਲ ਤੇ ਜ਼ਮੀਨਾਂ ਨੇ ਲੋਕਾਂ ਦੀਆਂ ਕਾਸ਼ਤਕਾਰੀ ਜ਼ਮੀਨਾਂ ਨੇ ਇਹਨਾਂ ਤੇ ਇਹਨਾਂ ਤੇ ਫਸਲਾਂ ਕੱਢੀਆਂ ਜਾਂਦੀਆਂ ਨੇ ਝੋਨਾ ਕਣਕਾ ਉੱਚੀ ਫਸਲਾਂ ਵੀ ਕੋਈ ਹੋ ਸਕਦੀਆਂ ਨੇ ਉਹ ਹੁਣ ਬੀਜਣ ਨਹੀਂ ਦਿੱਤੀਆਂ ਜਾਂਦੀਆਂ ਕਹਿੰਦੇ ਬਾਰਡਰ ਤੇ ਨੀਵੀਂ ਫਸਲਾਂ ਤੁਸੀਂ ਬੀਜ ਸਕਦੇ ਹੋ ਪਰ ਉਹਨਾਂ ਨੂੰ ਬੀਜਣ ਦੀ ਇਜਾਜ਼ਤ ਸੀ ਤੇ ਕਿਸਾਨਾਂ ਦੀ ਆਮਦਨੀ ਸੀ ਉਹ ਹੁਣ ਜਦੋਂ ਇਸ ਤਰ੍ਹਾਂ ਕੰਮ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸਨ ਫਿਰ ਗਵਰਨਰ ਰੂਲ ਹੈ ਕੇਂਦਰ ਤੋਂ ਜੋ ਹੁਕਮ ਆਉਣਾ ਥੋਪ ਦਿੱਤਾ ਜਾਂਦਾ ਅਜਵਾਂਗ ਤੇ ਗੱਲ ਹੀ ਨਹੀਂ ਹੈ ਕਿ ਕੋਈ ਕਿਸੇ ਦੀ ਸੁਣੀ ਜਾਵੇ ਸੁਣਵਾਈ ਹੋਵੇ ਤੇ ਇਹ ਤਾਰ ਲਾਉਣ ਦਾ ਜਿਹੜਾ ਕੰਮ ਸੀ ਚੱਲ ਪਿਆ ਤਕਰੀਬਨ 500 550 ਕਿਲੋਮੀਟਰ ਜਿਹੜੀ ਸੀ ਇਹ ਇਹ ਤਾਰ ਜਿਹੜੀ ਆ ਲਾਈ ਗਈ ਆ ਬਹੁਤ ਵੱਡਾ ਖਰਚਾ ਵੀ ਕੀਤਾ ਗਿਆ ਇਸ ਵਾਸਤੇ ਜਿਹੜਾ ਬਾਰਡਰ ਤੋਂ ਹਟਵਾ ਚੜ੍ਹਦੇ ਪਾਸੇ ਵੱਲੋਂ 44 ਫੁੱਟ ਟੁਕੜਾ ਜਿਹੜਾ 44 ਫੁੱਟ ਕਾਫੀ ਹੁੰਦਾ 13.5 ਮੀਟਰ ਦੇ ਆਸ-ਪਾਸ ਹੋ ਜਾਂਦਾ ਉਹ ਟੁਕੜਾ ਕੱਟਿਆ ਗਿਆ ਉਹ 44 ਫੁੱਟ ਟੁਕੜਾ ਕੱਟ ਕੇ ਫਿਰ ਕੇਂਦਰ ਦੇ ਵਿੱਚ ਜਿਹੜਾ ਸੀ ਦਰਮਿਆਨ ਦੇ ਵਿੱਚ 11 ਫੁੱਟ ਤਾਰ ਲਾਉਣ ਲਈ ਥਾਂ ਰੱਖਿਆ ਦਾ ਦਰਮਿਆਨ ਵਾਲਾ ਥਾਂ ਰੱਖ ਕੇ 7 ਮੀਟਰ ਜਿਹੜਾ ਸੀ ਉਹ 7 ਮੀਟਰ ਜੇ ਤਕਰੀਬਨ 22 ਫੁੱਟ ਜਿਹੜਾ ਥਾਂ ਸੀ ਉਹ ਭਾਰਤ ਵਾਲੇ ਪਾਸੇ ਖਾਲੀ ਛੱਡਿਆ ਗਿਆ ਉਸਦੇ ਤੇ 4 ਮੀਟਰ ਜਿਹੜਾ 14 ਫੁੱਟ ਸੀ ਪਾਕਿਸਤਾਨ ਵਾਲੇ ਭਾਵੇਂ ਉਹ ਆਪਣਾ ਹੀ ਥਾਂ ਸੀ ਇਹਨਾਂ ਦਾ ਭਾਰਤ ਦਾ ਉਧਰ ਵੀ ਛੱਡਿਆ ਗਿਆ ਹੁਣ ਇਹ ਤਾਰ ਲਾਈ ਗਈ ਇਸ ਦੇ ਬਾਰੇ ਉਦੋਂ ਵੀ ਰੌਲਾ ਪਿਆ ਕਿ ਤਕਰੀਬਨ 21200 ਏਕੜ ਜ਼ਮੀਨ ਜਿਹੜਾ ਉਹ ਕਿਸਾਨਾਂ ਦੀ 6 ਜ਼ਿਲ੍ਹਿਆਂ ਦੀ ਉਹ ਬਾਰਡਰ ਦੇ ਇਸ ਤਾਰ ਦੇ ਪਰਲੇ ਘੇਰੇ ਵਿੱਚ ਚਲੇ ਗਏ ਜਿੱਥੇ ਹੁਣ ਉਹਨਾਂ ਨੂੰ ਫਿਕਸ ਸਮੇਂ ਦਰਮਿਆਨ ਸਵੇਰੇ ਬਕਾਇਦਾ ਲੋ ਲੱਗੀ ਤੇ ਤੇ ਸ਼ਾਮ 4 ਵਜੇ ਤੱਕ ਹੀ ਜਿਹੜੀ ਆ ਖੇਤੀ ਕਰਨ ਦੀ ਇਜਾਜ਼ਤ ਹੈ ਉੱਥੇ ਉਹਨਾਂ ਨੂੰ ਕੁਝ ਗੇਟ ਲੱਗੇ ਹੋਏ ਨੇ ਉਥੋਂ ਗੇਟ ਪਾਰ ਕਰਵਾ ਕੇ ਜਿਹੜਾ ਦੂਸਰੇ ਪਾਸੇ ਜਿਹੜਾ ਭਜਿਆ ਜਾਂਦਾ ਤੇ ਬਾਰਡਰ ਸਕਿਉਰਿਟੀ ਫੋਰਸ ਦੀ ਨਿਗਰਾਨੀ ਦੇ ਹੇਠ ਉਹਨਾਂ ਨੂੰ ਖੇਤੀ ਕਰਨੀ ਪੈਂਦੀ ਹੈ ਤੇ ਪਰਮਿਟ ਵਗੈਰਾ ਪਾਸ ਵਗੈਰਾ ਬਣੇ ਹੋਏ ਨੇ ਪਾਵੇ ਆ ਕਿ ਜ਼ਿੰਦਗੀ ਬੜੀ ਖਰਾਬ ਹੈ ਪਾਣੀ ਵਗੈਰਾ ਲਾਉਣੇ ਤੇ ਹੋਰ ਸਾਰੀਆਂ ਚੀਜ਼ਾਂ ਤੇ ਫਸਲਾਂ ਨੂੰ ਪਾਲਣਾ ਤੇ ਉਹਦਾ ਨੁਕਸਾਨ ਤੋਂ ਬਚਾਅ ਕਰਨਾ ਇਹ ਜਿਹੜਾ ਸੀ ਇਹ ਕੰਮ ਚੱਲਿਆ ਇਸ ਤੋਂ ਬਾਅਦ ਵੀ ਜੋ ਅਸਲ ਬਾਰਡਰ ਹੈ ਉਸ ਦੇ ਨਾਲ ਵੀ ਇੱਕ 11 ਫੁੱਟ ਦੀ ਜਿਹੜੀ ਪੱਟੀ ਆ ਰੱਖ ਲਈ ਗਈ ਬੀਐਸਐਫ ਦੀ ਪੈਟਰੋਲਿੰਗ ਵਾਸਤੇ ਹੁਣ ਇਸ ਇਸ ਨੂੰ ਜਿਹੜਾ ਆ ਉਹ 1 ਕਿਲੋਮੀਟਰ ਦੂਰੀ ਹੈ 1 ਕਿਲੋਮੀਟਰ ਅੰਦਰ ਲੱਗੀ ਹੋਈ ਹੈ ਤਾਰੇ ਗੱਲ ਵੀ ਸਮਝਣ ਵਾਲੀ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਸਰਕਾਰਾਂ ਵੱਲੋਂ ਸੀਐਮ ਭਗਵੰਤ ਮਾਨ ਨੇ ਫਰੀਦাবাদ ਦੇ ਵਿੱਚ ਗ੍ਰਹਿ ਮੰਤਰੀਆਂ ਦੀ ਇੱਕ ਰਾਸ਼ਟਰੀ ਕਾਨਫਰੰਸ ਕੀਤੀ ਉੱਥੇ ਮੰਗ ਕੀਤੀ ਹੈ ਕਿ ਕੇਂਦਰੀ ਮੰਤਰੀ ਜਿਹੜੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਇਸ ਦੇ ਵਿਚਕਾਰ فاਸਲਾ ਜਿਹੜਾ ਹੈ ਉਹ ਘਟਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਜ਼ਮੀਨ ਤੇ ਖੇਤੀ ਕਰਨ ਦੀ ਇਜਾਜ਼ਤ ਮਿਲ ਸਕੇ ਹੁਣ 1992 ਦੇ ਵਿੱਚ ਇਹ ਤਕਰੀਬਨ ਤਾਰ ਲਾਈ ਗਈ ਸੀ ਤੇ ਤਕਰੀਬਨ ਸਵਾ ਲੱਖ ਕਿਸਾਨ ਜਿਹੜਾ ਸੀ ਪ੍ਰਭਾਵਿਤ ਹੋ ਗਿਆ ਤੇ ਹੁਣ 12 ਮਹੀਨੇ ਖੇਤੀ ਕਰਨ ਦੀ ਇਜਾਜ਼ਤ ਨਹੀਂ ਹੈ ਸਵੇਰੇ 9 ਵਜੇ ਖੋਲਦੇ ਨੇ ਤੇ 4 ਵਜੇ ਗੇਟ ਬੰਦ ਹੋ ਜਾਂਦੇ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਹੁਣ ਇਸ ਦੇ ਨਾਲ ਇਹਦਾ ਖਿਸਕਾਉਣਾ ਜੇ ਤਾਰ ਦਾ ਸੰਭਵ ਹੋ ਸਕੇ ਤਾਂ ਉਸ ਦੀ ਮੰਗ ਕੀਤੀ ਗਈ ਹੈ ਤੇ ਇਹ ਕਿਹਾ ਜਾ ਰਿਹਾ ਕਿ 200 150 ਤੋਂ 200 ਮੀਟਰ ਅੱਗੇ ਕਰਦੇ ਹੋ ਤੇ ਸਾਡੀ ਜਾਨ ਕਾਫੀ ਸੌਖੀ ਹੋ ਜਾਂਦੀ ਹੈ ਹੁਣ ਇਹਦੇ ਨਾਲ ਕੀ ਹੋ ਗਿਆ ਕਿ ਤਾਰ ਜਿਹੜੀ ਹੈ ਤਾਰ ਬੰਦੀ ਜਿਹੜਾ ਮੈਂ ਪਹਿਲਾਂ 44 ਫੁੱਟ ਦੇ ਏਰੀਆ ਦੇ ਸਿਰ 2500 ਤੋਂ 3500 ਏਕੜ ਤੇ ਉਸ ਦੇ ਵਿੱਚ ਹੀ ਆ ਗਿਆ 20 ਤੋਂ 30% ਜਿਹੜੀ ਜ਼ਮੀਨ ਹੈ ਉਹ ਦੂਸਰੇ ਪਾਸੇ ਚਲੇ ਗਈ ਤੇ ਮੁਆਵਜ਼ਾ ਕੀ ਦੇਣ ਦੀ ਗੱਲ ਹੋਈ ਕਦੇ 5000 ਕਦੇ 10000 ਕਦੇ 20000 ਫਿਰੋਜ਼ਪੁਰ ਤੇ ਫਾਜ਼ਿਲਕਾ ਤੇ ਗੁਰਦਾਸਪੁਰ ਵਿੱਚ ਦਰਿਆ ਦੀ ਵੀ ਮਾਰ ਹੈ ਹੁਣ ਸਰਕਾਰੀ ਨੌਕਰੀ ਤੇ ਸਕੂਲਾਂ ਦੇ ਵਿੱਚ ਇਹ ਜਿਹੜਾ ਉਹਨਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਇਹਨਾਂ ਕਿਸਾਨਾਂ ਨੂੰ ਗੱਲ ਚੱਲੀ ਸੀ ਉਹ ਵੀ ਕੋਈ ਕਿਸੇ ਸਿਰੇ ਨਾ ਲੱਗੀ ਬਿਜਲੀ ਦੀ ਸੁਵਿਧਾ ਜਿਹੜੀ ਹੈ ਕਿ 24 ਘੰਟੇ ਤੁਹਾਨੂੰ ਸਪਲਾਈ ਦੇਵਾਂਗੇ ਮੋਟਰਾਂ ਵਾਸਤੇ ਉਹ ਵੀ ਪ੍ਰੋਪਰ ਨਹੀਂ ਦਿੱਤੀ ਜਾਂਦੀ ਹੁਣ ਗ੍ਰਹਿ ਮੰਤਰਾਲੇ ਨੂੰ ਰਾਜ ਸਰਕਾਰ ਨੇ ਬੇਨਤੀ ਕੀਤੀ ਹੈ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਕੀ ਇਹ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਇਸਦਾ ਪਤਾ ਨਹੀਂ ਹੈ ਪਰ ਅਜੇ ਤੱਕ ਜੋ ਸਿਸਟਮ ਚੱਲਿਆ ਜਿਵੇਂ ਬੀਐਸਐਫ ਦਾ ਘੇਰਾ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕੀ ਇਹ ਸੰਭਵ ਹੋ ਸਕੇਗਾ ਕੀ ਕੇਂਦਰ ਸਰਕਾਰ ਇਸ ਗੱਲ ਨੂੰ ਮੰਨੇਗਾ ਗੱਲ ਫਿਰ ਉਹ ਝੋਨੇ ਦੀ ਫਰਾਲੀ ਵਾਲੀ ਆ ਜਾਂਦੀ ਹੈ ਕਿ ਜਦੋਂ ਝੋਨੇ ਦੀ ਪਰਾਲੀ ਨੂੰ ਸੰਭਲਣ ਦਾ ਪ੍ਰਸਤਾਵ ਪੰਜਾਬ ਸਰਕਾਰ ਨੇ ਕੇਂਦਰ ਕੋਲ ਭੇਜਿਆ ਤੇ 2500 ਰੁਪਏ ਪ੍ਰਤੀ ਏਕੜ ਦਾ ਕਹਿ ਦਿੱਤਾ ਗਿਆ ਕਿ 1000 ਕਸੀ ਦੇਵਾਂਗੇ 1500 ਜਿਹੜਾ ਕੇਂਦਰ ਦੇਵੇ ਕੁਝ ਦਿੱਲੀ ਸਰਕਾਰ ਦੇਵੇ ਕੇਂਦਰ ਨੇ ਮੂਲੋਂ ਰੱਦ ਕਰ ਦਿੱਤਾ ਰੱਦ ਕੀਤਾ ਹੋਇਆ ਪ੍ਰਸਤਾਵ ਜਿਹੜਾ ਸੀ ਉਸ ਤੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਸਕੀ ਪ੍ਰਾਲੀ ਵਾਲਾ ਕੰਮ ਐਵੇਂ ਕਿਵੇਂ ਜਿਹੜਾ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਵਾਂਗ ਹੀ ਚੱਲ ਰਿਹਾ ਹੁਣ ਇਹ ਬਾਰਡਰ ਵਾਲੀ ਵੀ ਕੀ ਮੰਗੇ ਇਸੇ ਤਰ੍ਹਾਂ ਹੀ ਹੋਵੇਗੀ ਕੀ ਉਹ ਜੇ ਤਾਰ ਕਿਸਕਾਉਣ ਲਈ ਸਰਕਾਰ ਮੰਨਦੀ ਹੈ ਪਹਿਲੀ ਤਾਂ ਗੱਲ ਇਹ ਸੰਭਵ ਜਾਪਦਾ ਨਹੀਂ ਮੈਨੂੰ ਜਿਹੜੇ ਮੁਆਵਜ਼ੇ ਦਿੱਤੇ ਗਏ ਕਿਸਾਨਾਂ ਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਹੋਈ ਸੀ ਜੋ ਅੱਜ ਤੋਂ ਕਈ ਸਾਲ ਪਹਿਲਾਂ ਰੱਦ ਹੋ ਚੁੱਕੀ ਹੈ ਜਿਸ ਵਿੱਚ ਤਾਰ ਨੂੰ ਹਟਾਉਣ ਦੀ ਜਾਂ ਦੂਸਰੇ ਪਾਸੇ ਹੋਰ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਉਹ ਮੁਆਵਜ਼ਾ ਦਿੱਤਾ ਨਹੀਂ ਗਿਆ ਥੋੜਾ ਬਹੁਤ ਦਿੱਤਾ ਗਿਆ ਪਰ ਜਿੰਨੀ ਕਿਸਾਨਾਂ ਦੀ ਮੰਗ ਸੀ ਉਹ ਨਹੀਂ ਮੰਨੀ ਗਈ ਸਰਕਾਰਾਂ ਇਸ ਮਾਮਲੇ ਦੇ ਵਿੱਚ ਚੁੱਪ ਬਟੀ ਬੈਠੀਆਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਕਈ ਪਿੰਡਾਂ ਵਾਲਿਆਂ ਨੇ ਸਾਂਝੇ ਇਕੱਠੇ ਹੋ ਕੇ ਹਾਈ ਕੋਰਟ 'ਚ ਪਟੀਸ਼ਨ ਪਾਈ ਹੋਈ ਸੀ ਪੰਗਾਲਾ ਪਿੰਡ ਆ ਜਿੰਨਾਂ ਵਿੱਚੋਂ ਇੱਕ ਹੋਰ ਵੀ ਕਈ ਨੇ ਇਹ ਤਾਰ ਇੰਨੀ ਮਸ਼ਹੂਰ ਹੈ ਕਿ ਦੁਨੀਆ ਭਰ ਦੇ মিডিਆ ਵਿੱਚ ਇਸ ਦਾ ਜ਼ਿਕਰ ਹੋ ਚੁੱਕਾ ਹੈ ਕਦੇ ਨਾ ਕਦੇ ਕਿ ਆ ਦੇਖੋ ਇਸ ਤਰ੍ਹਾਂ ਦੀ ਤਾਰ ਹੈ ਇਸ ਨੂੰ ਕਸ਼ਮੀਰ ਦੇ ਖੇਤਰ ਤੱਕ ਵਧਾਉਣ ਦਾ ਪ੍ਰਸਤਾਵ ਵੀ ਹੈ ਮਾੜੀ ਮੋਟੀ ਲਾਉਣ ਦੀ ਕੋਸ਼ਿਸ਼ ਵੀ ਹੋਈ ਹੈ ਪਰ ਉੱਥੇ ਪੈਰੇ ਨੇ ਹੋਈ ਹੈ ਪਹਾੜ ਹੈ ਬਰਫੀਲੀਆਂ ਚੋਟੀਆਂ ਨੇ ਤੇ ਡਿਸਪਿਊਟਡ ਟੈਰਿਟਰੀ ਹੈ ਇੱਥੇ ਡਿਸਪਿਊਟਡ ਨਹੀਂ ਹੈ ਪੰਜਾਬ ਦੇ ਬਾਰਡਰ ਨਾਲ ਕੋਈ ਥੋੜਾ ਬਹੁਤਾ ਹੋਵੇਗਾ ਪਰ ਨਹੀਂ ਜ਼ਿਆਦਾ ਕਰਕੇ ਉਹ ਬਿਲਕੁਲ ਲਾਈਨ ਆਫ ਕੰਟਰੋਲ ਜਿਹੜੀ ਹੈ ਉਹ ਸਹੀ ਹੈ ਸੋ ਉਹ ਜਿਹੜਾ ਸਿਸਟਮ ਹੈ ਕਿ ਇੱਥੇ ਕੋਈ ਹੁਣ ਕੇਂਦਰ ਇਸ ਤੇ ਕੋਈ ਛੇਤੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇਗਾ ਮੈਨੂੰ ਨੇੜ ਭੂਵਿਕ ਵਿੱਚ ਜਾਪਦਾ ਨਹੀਂ ਪਰ ਕਿਸਾਨਾਂ ਦੀ ਇੰਨੇ ਸਾਲਾਂ ਚ ਤਕਰੀਬਨ ਇਹੋ 30 ਕ ਸਾਲ ਇਹ ਸੁਣੀ ਨਹੀਂ ਗਈ ਬਹੁਤ ਬੁਰੀ ਤਰ੍ਹਾਂ ਲਤਾੜਿਆ ਗਿਆ ਪੰਜਾਬ ਬੁਰੇ ਹਾਲਾਤਾਂ ਤੋਂ ਬਾਅਦ ਦੁਬਾਰਾ ਪੈਰਾਂ ਤੇ ਹੋਇਆ ਪਰ ਇਹਨਾਂ ਕਿਸਾਨਾਂ ਦੀ ਕਿਸੇ ਨੇ ਨਹੀਂ ਸੁਣੀ ਅੱਜ ਦੁਬਾਰਾ ਆਵਾਜ਼ ਉੱਠੀ ਹੈ ਕੀ ਇਹ ਆਵਾਜ਼ ਹੀ ਰਹਿ ਜਾਵੇਗੀ ਜਾਂ ਇਸ ਤੇ ਕੋਈ ਸੱਚੀ ਮੁੱਚੀ ਕੰਮ ਹੋਵੇਗਾ ਇਹਦੇ ਬਾਰੇ ਪਤਾ ਨਹੀਂ